ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਣਾ ਮਨ ਜੋੜੋ। ਜੁਗੋ ਜੁਗ ਅਟਲ ਧੰਨ 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 ਸਾਹਿਬ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੇ ਮਨ ਜੁੜ ਗਿਆ ਤੇ ਬੰਦੇ ਦਾ ਤਨ ਵੀ ਗੁਰੂ ਘਰ ਸੇਵਾ ਕਰਨ ਲੱਗ ਪਵੇਗਾ, ਤਨ ਵੀ ਜੁੜ ਜਾਵੇਗਾ ਆਪਣੇ ਸਤਿਗੁਰਾਂ ਦੇ ਨਾਲ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਪ੍ਰਾਪਤ ਕਰੇਗਾ, ਸਮਝ ਲਵੇਗਾ। ਗੁਰਬਾਣੀ ਬਿਨਾਂ ਇਸ ਵੇਲੇ ਇਸ ਮਨ ਦਾ ਹੋਰ ਕੋਈ ਆਸਰਾ ਨਹੀਂ। ਗੁਰਬਾਣੀ ਸੰਗਤ ਬਿਨਾਂ ਹੋਰ ਦੂਜੀ ਓਟ ਨਾ ਕਾਈ। ਮਨ ਪਤਾ ਨਹੀਂ ਕਿਤਨੀ ਕੁ ਸੰਗਤ ਕਰਦਾ ਹੈ, ਬਹੁਤ ਸੰਗਤ ਕਰਦਾ ਹੈ। ਜਿਸ ਤਰ੍ਹਾਂ ਦੀ ਸੰਗਤ ਕਰਦਾ ਹੈ ਉਸੇ ਤਰ੍ਹਾਂ ਦੀ ਇਸ ਮਨ ਦੀ ਅਤੇ ਜਿਹੜੇ ਤਨ ਦੇ ਵਿੱਚ ਮਨ ਰਹਿੰਦਾ ਹੈ ਉਸ ਤਨ ਦੀ ਵੀ ਤੇ ਮਨ ਦੀ ਦੋਵਾਂ ਦੀ ਦਸ਼ਾ ਵੈਸੀ ਹੋ ਜਾਂਦੀ ਹੈ ਜੈਸੀ ਇਹ ਸੰਗਤ ਕਰਦਾ ਹੈ, ਜੈਸੇ ਕਰਮ ਕਰਦਾ ਹੈ, ਜਿਸ ਤਰ੍ਹਾਂ ਦੀ ਲਿਵ ਲਾਉਂਦਾ ਹੈ। ਜੈਸਾ ਕਰਮ ਤੈਸੀ ਲਿਵ ਲਾਵੇ। ਜਿੱਦਾਂ ਦੀਆਂ ਇਹਦੇ ਮਨ ਵਿੱਚ ਮਨਸਾ ਉੱਠਦੀਆਂ ਹਨ ਉਹਨਾਂ ਨਾਲ ਸੰਗਤ ਕਰਨ ਲੱਗ ਪੈਂਦਾ ਹੈ। ਦਸ਼ਾ ਵੀ ਉਹੋ ਜਿਹੀ ਹੋ ਜਾਂਦੀ ਹੈ ਜੈਸੀ ਮਨਸਾ ਤੈਸੀ ਦਸ਼ਾ। ਸਤਿਗੁਰ ਜੀ ਫਰਮਾਉਂਦੇ ਹਨ ਜੈਸੀ ਮਨਸਾ ਤੈਸੀ ਦਸ਼ਾ। ਅਕਾਲ ਪੁਰਖ ਨੇ ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ ਨਾਮ ਜਪਣ ਵਾਸਤੇ, ਆ ਦੁਨੀਆਂ ਦੀ ਯਾਤਰਾ ਕਰਕੇ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਨੀਆਂ ਦਾ ਤਮਾਸ਼ਾ ਵੇਖ ਕੇ ਉਹਨਾਂ ਦਾ ਤੇ ਆਉਣ ਨੂੰ ਮਨ ਹੀ ਨਹੀਂ ਸੀ ਕਰਦਾ। ਫਰਮਾਉਂਦੇ ਹਨ ਚਿਤਨ ਪਇਓ ਹਮਰੋ ਆਮਨ ਕਹਿ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ, ਉਹਨਾਂ ਦੀ ਸੁਰਤ। ਸਤਿਗੁਰੂ ਜੀ ਫਰਮਾਉਂਦੇ ਹਨ ਕਲਗੀਧਰ ਦਸਮੇਸ਼ ਪਿਤਾ, ਸਾਡੀ ਸੁਰਤ ਤਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਲੱਗੀ ਹੋਈ ਸੀ, ਸਾਡਾ ਨਹੀਂ ਸੀ ਮਨ ਇੱਥੇ ਆਉਣ ਨੂੰ ਕਰਦਾ। ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਹਨ ਕਹਿ ਕੇ ਇਹ ਲੋਕ ਪਠਾਇਓ। ਜਿਤਨੀ ਵੀ ਦੁਨੀਆਂ ਇਸ ਸੰਸਾਰ ਤੇ ਆਈ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਨਮ ਦਿੱਤਾ ਹੈ ਮਾਤ ਲੋਕ ਵਿੱਚ। ਮਾਤ ਲੋਕ ਤਾਂ ਕਹਿੰਦੇ ਨੇ, ਮਾਤਾ ਨੇ ਜਨਮ ਦਿੱਤਾ ਹੈ ਇਸ ਮਾਤ ਲੋਕ ਵਿੱਚ ਜਿੱਥੇ ਆਪਾਂ ਰਹਿ ਰਹੇ ਹਾਂ, ਤੇ ਮਾਂ ਦੀ ਕੁੱਖ ਵਿੱਚ ਵੀ ਉਸ ਅਕਾਲ ਪੁਰਖ ਜੀ ਨੇ ਸਾਨੂੰ ਘੜਿਆ ਹੈ, ਸਾਡੀ ਰੱਖਿਆ ਕੀਤੀ ਹੈ। ਜਦੋਂ ਪੁੱਠੇ ਲਟਕੇ ਹੋਏ ਸੀ ਉਰਦ ਮੁੱਖ ਸਿਰ ਤਲੇ ਪੈਰ ਉੱਪਰੇ, ਜਦੋਂ ਮਾਂ ਦੀ ਕੁੱਖ ਤੋਂ ਜਨਮ ਲਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਬੰਦਿਆ ਕਦੀ ਸੋਚਿਆ ਕਰ ਤੇਰੇ ਪੈਰ ਉੱਪਰ ਸਨ ਸਿਰ ਥੱਲੇ ਸੀ। ਭੁੱਲ ਗਿਆ ਹੈ ਉਸ ਸਮੇਂ ਨੂੰ, ਲਾਗਤ ਪਵਨ ਖਸਮ ਵਿਸਰਾਇਆ। ਜਨਮ ਹੁੰਦਿਆਂ ਹੀ ਭੁੱਲ ਗਿਆ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਦੁਨੀਆਂ ਦੇ ਵਿੱਚ ਆ ਕੇ ਕਿਉਂ ਵਿਸਾਰ ਦਿੱਤਾ ਹੈ ਅਕਾਲ ਪੁਰਖ ਜੀ ਨੂੰ, ਸਿਰਜਣਹਾਰ ਵਾਹਿਗੁਰੂ ਜੀ ਨੂੰ? ਨਾਮ ਜਪਣ ਵਾਸਤੇ ਆਇਆ ਸੀ। ਆਇਓ
ਸੁਣਨ ਪੜਨ ਕੋ ਬਾਣੀ ਬਾਣੀ ਨੂੰ ਭੁੱਲ ਗਿਆ ਨਾਮ ਵਿਸਾਰ ਲਗੇ ਅਨ ਲਾਲਚ ਹੋਰਨਾਂ ਲਾਲਚਾਂ ਵਿੱਚ ਪੈ ਗਿਆ ਜੀਵਨ ਗਵਾ ਲਿਆ ਲਾਲਚ ਲਾਗੇ ਜਨਮ ਗਵਾਇਆ ਨਾਮ ਵਿਸਾਰ ਕੀ ਕੀਤਾ ਇਸ ਸਮਾਨ ਨੇ ਲਗਹਿ ਅਨ ਲਾਲਚ ਸਾਰਾ ਜਨਮ ਐਵੇਂ ਲੰਘ ਗਿਆ ਇਹ ਜਿਹੜਾ ਬਹੁ ਮੁੱਲਾ ਜਨਮ ਮਿਲਿਆ ਸੀ ਬਿਰਥਾ ਜਨਮ ਪ੍ਰਾਣੀ ਇਸ ਪ੍ਰਾਣੀ ਦਾ ਸਾਰਾ ਜਨਮ ਬਿਰਥਾ ਚਲਾ ਗਿਆ ਸਤਿਗੁਰੂ ਜੀ ਮਨ ਨੂੰ ਸਮਝਾਉਂਦੇ ਹਨ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਤੇਰੇ ਕਾਰਜ ਵਾਹਿਗੁਰੂ ਜੀ ਆਪੇ ਕਰਦੇ ਜਾਣਗੇ ਕਿਉਂਕਿ ਜੋ ਕੁਝ ਹੋ ਰਿਹਾ ਹੈ ਬੰਦਾ ਕੁਝ ਨਹੀਂ ਕਰ ਸਕਦਾ ਇਹ ਮਨ ਕੁਝ ਨਹੀਂ ਕਰ ਸਕਦਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਬੰਦਾ ਕਹਿੰਦਾ ਹੈ ਮੈਂ ਕਰਦਾ ਹਾਂ ਸਤਿਗੁਰੂ ਜੀ ਫਰਮਾਉਂਦੇ ਹਨ ਦਾਤਾਰ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਭਾਵੇ ਤਿਉਂ ਰੱਖੀਐ ਸਤਿਗੁਰ ਜੀ ਫਰਮਾਉਂਦੇ ਹਨ ਪੂਰੀ ਦੁਨੀਆ ਮਾਲਕ ਵਾਹਿਗੁਰੂ ਜੀ ਪ੍ਰਭ ਸੰਸਾਰ ਉਪਾਏ ਕਹਿ ਬਸ ਆਪਣੇ ਕੀਤਾ ਮਾਲਕ ਨੇ ਪੂਰੀ ਦੁਨੀਆ ਨੂੰ ਸਭ ਕੋ ਨੱਥੇ ਨੱਥਿਆ ਹੋਇਆ ਹੈ ਰੋਜੀ ਰੋਟੀ ਤੱਕ ਨੱਥਿਆ ਹੋਇਆ ਹੈ ਨੱਕ ਨੱਥ ਖਸਮ ਹੱਥ ਕਿਰਤ ਵਾਸਤੇ ਬੰਦਾ ਧੱਕੇ ਖਾਂਦਾ ਹੈ ਕਿਰਤ ਧੱਕੇ ਦੇ ਜਿੱਥੇ ਦਾਣਾ ਪਾਣੀ ਹੁੰਦਾ ਹੈ ਉੱਥੇ ਵਾਹਿਗੁਰੂ ਜੀ ਲੈ ਜਾਂਦੇ ਹਨ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲਗਹਿ ਅਨ ਲਾਲਚ ਹੋਰਨਾਂ ਲਾਲਚਾਂ ਚ ਪੈ ਕੇ ਆਪਣਾ ਸਾਰਾ ਜਨਮ ਐਵੇਂ ਗਵਾ ਲੈਂਦਾ ਹੈ ਬਿਰਥਾ ਜਨਮ ਪ੍ਰਾਣੀ ਆਇਆ ਤੇ ਲਾਹਾ ਲੈਣ ਵਾਸਤੇ ਸੀ ਨਾਮ ਜਪਣ ਵਾਸਤੇ ਸੇਵਾ ਕਰਨ ਵਾਸਤੇ ਸਿਮਰਨ ਕਰਨ ਵਾਸਤੇ ਗੁਰਬਾਣੀ ਨੂੰ ਇਹਨਾਂ ਕੰਨਾਂ ਦੇ ਨਾਲ ਸਰਵਣ ਨਾ ਕੀਤਾ ਸੁਣਿਆ ਨਾ ਜੇ ਸੁਣਦਾ ਤੇ ਸਮਝ ਪੈਂਦੀ ਪ੍ਰਾਣੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਇਸ ਮਨ ਦੇ ਆਖੇ ਲੱਗ ਕੇ ਮਨ ਮੁੱਖ ਹੋ ਗਿਆ ਬਾਹਰ ਮੁਖੀ ਹੋ ਗਿਆ ਦੁਨੀਆ ਨਾਲ ਮਨ ਜੋੜ ਲਿਆ ਗੁਰੂ ਵੱਲ ਮੁੱਖ ਨਾ ਕੀਤਾ ਜੇ ਗੁਰੂ ਵੱਲ ਮੁੱਖ ਕਰ ਲੈਂਦਾ ਤੇ ਕੁਝ ਲਾਭ ਪ੍ਰਾਪਤ ਹੋ ਜਾਂਦਾ ਲਾਹਾ ਪ੍ਰਾਪਤ ਹੋ ਜਾਂਦਾ ਆਹ ਜਿਹੜੀ ਜ਼ਿੰਦਗੀ ਮਿਲੀ ਹੈ ਇਹਦੇ ਵਿੱਚੋਂ ਕੁਝ ਖੱਟ ਲੈਂਦਾ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੇ ਜਿਹੜੇ ਮਨ ਜਿਹੜੇ ਮਨ ਦੁਨੀਆ ਵੱਲ ਹੀ ਲੱਗੇ ਰਹਿੰਦੇ ਹਨ ਉਹ ਆਪਣਾ ਮੂਲ ਵੀ ਗਵਾ ਜਾਂਦੇ ਹਨ ਸਤਿਗੁਰਾਂ ਨੇ ਆਖਿਆ ਸੀ ਮਨ
ਤੂੰ ਜੋਤ ਸਰੂਪ ਹੈ, ਤੂੰ ਤਾਂ ਜੋਤ ਸਰੂਪ ਹੈ, ਜੋਤ ਸਰੂਪ ਜਾਗੀ ਸਭ ਵੱਥ, ਤੂੰ ਆਪਣੇ ਮੂਲ ਨੂੰ ਰੈਕਗਨਾਈਜ਼ ਕਰ, ਪਛਾਣ। ਸਤਿਗੁਰੂ ਜੀ ਨੇ ਹੁਕਮ ਕੀਤਾ ਸੀ, ਮਨ ਤੂੰ ਜੋਤ ਸਰੂਪ ਹੈ, ਕਿਉਂ ਨਹੀਂ ਪਛਾਣਦਾ ਆਪਣੇ ਆਪ ਨੂੰ, ਕਿਉਂ ਆਪਣੇ ਆਪ ਨੂੰ ਇਸ ਮੇਲੇ ਵਿੱਚ ਗਵਾ ਕੇ ਭੁੱਲ ਬੈਠਾ ਹੈ, ਭੁੱਲ ਗਿਆ ਹੈ, ਗਵਾਚ ਗਿਆ ਹੈ। ਮਨਮੁੱਖ ਬਣ ਕੇ ਬਹੁਤ ਰਾਹਾਂ ਤੇ ਤੁਰ ਪਿਆ ਹੈ, ਇੱਕ ਓਅੰਕਾਰ ਜੀ ਨੂੰ ਛੱਡ ਕੇ। ਹੁਕਮ ਹਨ ਮਨਮੁੱਖ ਭੁੱਲਾ, ਬਹੁਤੀ ਰਾਹੀਂ ਕਈਆਂ ਰਾਹਾਂ ਤੇ ਤੁਰ ਪਿਆ, ਅਕਾਲ ਪੁਰਖ ਜੀ ਨੂੰ ਸਿਰਜਣਹਾਰ ਜੀ ਨੂੰ ਛੱਡ ਦਿੱਤਾ, ਸਤਨਾਮ ਵਾਹਿਗੁਰੂ ਜੀ ਨੂੰ ਨਾ ਜਪਿਆ, ਆਪਣੇ ਗੁਰੂ ਵੱਲ ਧਿਆਨ ਨਾ ਕੀਤਾ, ਧੰਨ ਗੁਰੂ ਨਾਨਕ ਸਾਹਿਬ ਜੀ ਵੱਲ, ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਨਾ ਮੰਨਿਆ। ਹੁਣ ਵੀ ਪ੍ਰੈਜੈਂਟ ਟਾਈਮ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਜੇ ਤਾਂ ਸੁਣਦਾ ਹੈ ਤਾਂ ਭਾਗਾਂ ਵਾਲਾ ਹੈ, ਜੇ ਨਹੀਂ ਸੁਣਦਾ ਤੇ ਭਾਗ ਮੰਦੇ ਹਨ, ਭਾਗਹੀਣ ਤੇ ਭਾਗਹੀਣ ਨੂੰ ਕੀ ਫਲ ਮਿਲਦਾ ਹੈ? ਭਾਗਹੀਣ ਪਰਮ ਚੋਟਾਂ ਖਾਵੇ, ਚੋਟਾਂ ਪੈਂਦੀਆਂ ਹਨ ਮਨ ਤੇ, ਰੋਂਦਾ ਹੈ ਅੰਦਰ ਅੰਦਰ, ਕਈ ਪਾਸਿਓਂ ਚੋਟਾਂ ਪੈਂਦੀਆਂ ਹਨ। ਸਤਿਗੁਰੂ ਜੀ ਫਰਮਾਉਂਦੇ ਹਨ ਗੁਰਬਾਣੀ ਪੜੋ, ਗੁਰਬਾਣੀ ਨੂੰ ਇਹਨਾਂ ਸਰਵਣਾਂ ਦੇ ਨਾਲ ਸਰਵਣ ਕਰੋ, ਜ਼ਿੰਦਗੀ ਬਦਲ ਜਾਵੇਗੀ। ਨਹੀਂ ਤਾਂ ਬੰਦਾ ਜਿਵੇਂ ਜਨਮ ਵੀ ਪੂਰਾ ਨਹੀਂ ਹੁੰਦਾ, ਕਈ ਜੋਨ ਗਰਭ ਮੈਂ ਗਲੇ ਗਰਭ ਦੇ ਵਿੱਚ ਗਲ ਜਾਂਦਾ ਹੈ, ਮਾਂ ਦੀ ਕੁੱਖ ਵਿੱਚ ਵੀ ਗਲ ਜਾਂਦਾ ਹੈ, ਜਨਮ ਨਹੀਂ ਮਿਲਦਾ, ਮਾਂ ਦੀ ਕੁੱਖ ਵਿੱਚ ਹੀ ਖਤਮ ਹੋ ਜਾਂਦਾ ਹੈ, ਬਰਥ ਵੀ ਨਹੀਂ ਹੁੰਦਾ। ਕਈ ਜੋਨ ਗਰਭ ਮੈਂ ਗਲੇ ਗਰਭ ਵਿੱਚ ਹੀ ਗਲ ਜਾਂਦਾ ਹੈ, ਤਿਵੇਂ ਜੇ ਮਾਇਆ ਦੇ ਪਸਾਰੇ ਵਿੱਚ ਉਲਝ ਜਾਵੇ ਤੇ ਮਾਇਆ ਵਿੱਚ ਹੀ ਗਲ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਜੈਸੇ ਮਾਇਆ ਮੋਹੇ ਪਰਾਣੀ ਗਲਤ ਰਹਿ, ਜਿਵੇਂ ਲੂਣ ਗਲ ਜਾਂਦਾ ਹੈ ਪਾਣੀ ਦੇ ਵਿੱਚ, ਬਹੁਤਾ ਮਾਇਆ ਦੇ ਨਾਲ ਚਿੱਤ ਲਾਉਣ ਦੇ ਨਾਲ ਲੂਣ ਵਾਂਗੂ ਗਲਦਾ ਰਹਿੰਦਾ ਹੈ, ਆਖਰ ਦੇਹ ਰੂਪੀ ਡਲੀ ਜਿਹੜੀ ਹੈ ਲੂਣ ਵਰਗੀ ਸਾਰੀ ਇਸੇ ਸੰਸਾਰ ਦੇ ਜਲ ਵਿੱਚ ਪਾਣੀ ਵਿੱਚ ਹੀ ਖੁਰ ਜਾਂਦੀ ਹੈ, ਭਾਵ ਕਿ ਜ਼ਿੰਦਗੀ ਇੱਥੇ ਹੀ ਖੋਰ ਕੇ ਚਲਾ ਜਾਂਦਾ ਹੈ। ਜੈਸੇ ਮਾਇਆ ਮੋਹੇ ਪ੍ਰਾਣੀ ਗਲਤ ਰਹਿ, ਗਲਦਾ ਰਹਿੰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਨਾਮ ਜਪੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਸ ਮਾਲਕ ਨੇ, ਜਿਸ ਨਿਰੰਕਾਰ ਵਾਹਿਗੁਰੂ ਜੀ ਨੇ ਇਸ ਦੁਨੀਆਂ ਤੇ ਭੇਜਿਆ ਹੈ, ਉਹਦਾ ਸਿਮਰਨ ਕਰ ਲਵੋ। ਸਿਮਰਨ ਕੀਤਿਆਂ ਸੁੱਖ ਵੀ ਬੜਾ ਮਿਲਦਾ ਹੈ, ਸਿਮਰੋ ਸਿਮਰ ਸਿਮਰ। ਜਿਹੜੇ ਸੁੱਖ ਨੂੰ ਲੱਭਦੇ ਹੋ, ਸਤਿਗੁਰੂ ਜੀ ਫਰਮਾਉਂਦੇ ਹਨ ਸੁਖਮਨੀ ਸਾਹਿਬ ਜੀ ਦੇ ਆਰੰਭ ਵਿੱਚ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਸੁਖ ਚਾਹੀਦੇ ਹਨ ਤਾਂ ਸਿਮਰੋ ਸਿਮਰ 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 ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਬੈਖਰੀ ਨਾਲ ਜਪੋ, ਮਧਮਾ ਨਾਲ ਜਪੋ, ਪਸੰਤੀ ਨਾਲ ਜਪੋ, ਪਰਾ ਨਾਲ ਜਪੋ, ਜਿਵੇਂ ਵੀ ਜਪੋ ਜਪੋ, ਬਿਨਾਂ ਜੀਭਾ ਤੋਂ ਵੀ ਜੇ ਜਪਣਾ ਉਹ ਵੀ ਜਪੋ, ਬਿਨ ਜਿਹਵਾ ਜੋ ਜਪੈ ਹੈ ਆਏ, ਕੋਈ ਜਾਣੈ ਸਾਚਾ ਨਾ। ਕਈ ਵਾਰੀ ਜੀਭ ਨਾਲ ਨਹੀਂ ਹਿਰਦੇ ਤੋਂ ਜਪਣਾ ਪੈਂਦਾ ਹੈ, ਹਿਰਦੇ ਵਿੱਚ ਨਾਮ ਨੂੰ ਵਸਾਉਣਾ ਪੈਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਏ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਿੰਦ ਦੀ ਚਾਦਰ, ਸਤਿਗੁਰੂ ਜੀ ਫਰਮਾਉਂਦੇ ਹਨ, ਜਿਹਦੇ ਹਿਰਦੇ ਵਿੱਚ ਰਾਮ ਦਾ ਨਾਮ ਚਲਾ ਗਿਆ, ਇੱਕ ਓਅੰਕਾਰ ਜੀ ਦਾ ਨਾਮ ਚਲਾ ਗਿਆ, ਉਹਦੇ ਬਰਾਬਰ ਕੋਈ ਹੋਰ ਹੋ ਹੀ ਨਹੀਂ ਸਕਦਾ। ਰਾਮ ਨਾਮ ਔਰ ਮੈਂ ਗਹਿਓ, ਔਰ ਕਹਿੰਦੇ
ਨੇ ਹਿਰਦੇ ਨੂੰ। ਰਾਮ ਨਾਮ ਔਰ ਹਿਰਦਾ ਔਰ ਮੈਂ ਗਹਿਓ, ਜਿਨੇ ਆਪਣੇ ਹਿਰਦੇ ਦੇ ਨਾਲ ਪਕੜ ਲਿਆ ਰਾਮ ਦੇ ਨਾਮ ਨੂੰ, ਸਤਨਾਮ ਸ੍ਰੀ ਵਾਹਿਗੁਰੂ ਜੀ ਨੂੰ। ਰਾਮ ਨਾਮ ਉਰ ਮੈਂ ਗਹਿਓ, ਜਾ ਕੇ ਸਮ ਨਹੀਂ ਕੋਈ, ਸਮ ਉਹਦੇ ਬਰਾਬਰ ਕੋਈ ਹੋਰ ਹੋ ਹੀ ਨਹੀਂ ਸਕਦਾ। ਹੁਕਮ ਵੀ ਹਨ, ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਿਛੋ ਨਾ ਕਹਿਆ। ਜੇ ਪੱਲੇ ਨਾਮ ਹੋਵੇ ਸੁਣ ਕੇ ਜਮ ਕੇ, ਦੋਤ ਨਾਏ ਤੇਰੇ ਛੱਡ ਜਾਏ, ਨਾਮ ਨੂੰ ਸੁਣਦਿਆਂ ਹੀ ਛੱਡ ਕੇ ਚਲੇ ਜਾਂਦੇ ਹਨ। ਦਾਤਾਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਦ੍ਰਿਸ਼ਟੀ ਸੁੱਧ ਹੋਵੇ, ਤੱਕਣਾ ਸੁੱਧ ਹੋਵੇ, ਪਾਖੰਡ ਨਾ ਹੋਵੇ, ਨਹੀਂ ਤਾਂ ਸਭ ਕੁਝ ਲੁੱਟਿਆ ਜਾਂਦਾ ਹੈ। ਕਰਮ ਧਰਮ ਪਾਖੰਡ ਜੋ ਦੀ ਸਹਿਤ ਜਮ ਜਾ ਗਾਤੀ, ਲੁੱਟੈ ਪਾਖੰਡ ਨਹੀਂ ਕਰਨਾ। ਜੇ ਬੰਦਾ ਕਰਦਾ ਹੈ ਉਹ ਰੱਬ ਦੇ ਨੇੜੇ, ਉਹ ਵਾਹਿਗੁਰੂ ਜੀ ਦੇ ਨੇੜੇ ਨਹੀਂ ਹੋ ਸਕਦਾ। ਪਾਖੰਡ ਦ੍ਰਿਸ਼ਟ, ਜੇ ਪਾਖੰਡ ਵਾਲੀ ਦ੍ਰਿਸ਼ਟੀ ਹੈ, ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ, ਮਨ ਵਿੱਚ ਕਪਟ ਕਮਾਵੇ, ਤੱਕਣ ਨੂੰ ਕੁਝ ਹੋਰ ਲੱਗੇ, ਮਨ ਤੋਂ ਕੁਝ ਹੋਰ ਹੋਵੇ, ਮਨ ਹੋਰ ਮੁੱਖ ਹੋਰ, ਉਹ ਪੱਕਾ ਨਹੀਂ ਹੋ ਸਕਦਾ, ਸੇ ਕਾਢੇ ਕੱਚੇ ਆ। ਮਨ ਹੋਰ ਮੁੱਖ ਹੋਰ, ਮਨ ਤੋਂ ਹੋਰ ਹੋਵੇ ਤੇ ਮੁਖੜੇ ਤੋਂ ਰਸਨਾ ਤੋਂ ਹੋਰ ਹੋਵੇ, ਸਤਿਗੁਰ ਜੀ ਫਰਮਾਉਂਦੇ ਹਨ ਉਹ ਪੱਕਾ ਨਹੀਂ, ਸੇ ਕਾਢੇ ਕੱਚੇ ਆ। ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ, ਮਨ ਵਿੱਚ ਕਪਟ ਕਮਾਵੇ, ਬੁਰਾ ਚਿਤਵੇ, ਬੁਰਾ ਚਿਤਵਣਾ ਬਹੁਤ ਮਾੜਾ ਹੈ, ਬੁਰਾ ਚਿਤਵਤ ਚਿਤਵਤ ਮਰੀਏ, ਮਰ ਜਾਂਦਾ ਬੰਦਾ ਦੂਜਿਆਂ ਦਾ ਬੁਰਾ ਚਿਤਵ 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 ਕੇ, ਬੁਰਾ ਚਿਤਵਤ ਚਿਤਵਤ ਮਰੀਏ। ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ, ਸਤਿਗੁਰ ਜੀ ਫਰਮਾਉਂਦੇ ਹਨ ਜੇ ਦ੍ਰਿਸ਼ਟੀ ਇਹੋ ਜਿਹੀ ਹੈ, ਮਨ ਵਿੱਚ ਕਪਟ ਹੈ, ਤਿੰਨ ਕੈ ਰਮਈਆ ਨੇੜੇ ਨਾਹੀਂ, ਰਮਈਆ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੇ ਨੇੜੇ ਨਹੀਂ ਹੁੰਦੇ, ਦੂਰ ਹੁੰਦੇ ਹਨ। ਉਹ ਵਾਹਿਗੁਰੂ ਤੋਂ ਵੀ ਉਹ ਜੀ ਜਿਹੜੇ ਹਨ ਉਹ ਦੂਰ ਹੁੰਦੇ ਹਨ, ਜਿਹੜੇ ਮਨ ਵਿੱਚ ਕਪਟ ਰੱਖਦੇ ਹਨ, ਛਲ ਰੱਖਦੇ ਹਨ। ਸਤਿਗੁਰ ਜੀ ਫਰਮਾਉਂਦੇ ਹਨ ਜਿਵੇਂ ਖੂਹ ਦੀਆਂ ਟਿੰਡਾਂ ਘੁੰਮਦੀਆਂ ਹਨ, ਉਸ ਤਰ੍ਹਾਂ ਰਸਨਾ ਦੇ ਨਾਲ ਵਾਹਿਗੁਰੂ 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 ਜਪਦੇ ਰਹੋ, ਕਰ ਹਰ ਹਟ ਮਾਲ ਟਿੰਡ ਭਰੋ ਵੋ, ਤਿਸ ਪੀਤਰ ਮਨ ਜੋ ਉਹ ਮਨ ਨੂੰ ਜਿਵੇਂ ਬੈਲ ਜਿਹੜੇ ਹਨ ਦੋਵੇਂ ਜੋੜ ਦੇਈਦੇ ਹਨ, ਇੱਕ ਮਨ ਹੋ ਕੇ ਦੋ ਬੈਲ ਤੁਰੇ ਜਾਂਦੇ ਹਨ, ਉਹ ਖੂਹ ਚੱਲਦਾ ਰਹਿੰਦਾ ਹੈ, ਟਿੰਡਾਂ ਚੱਕਰ ਲਾਉਂਦੀਆਂ ਰਹਿੰਦੀਆਂ ਹਨ, ਮਨ ਨੂੰ ਜੋਵੋ, ਮਨ ਨੂੰ ਜੋਵੋ, ਅਤੇ ਉਹਨਾਂ ਟਿੰਡਾਂ ਦੇ ਵਾਂਗੂ ਜਿਵੇਂ ਖੂਹ ਵਿੱਚ ਟਿੰਡਾਂ ਘੁੰਮਦੀਆਂ ਹਨ, ਖਾਲੀ ਜਾਂਦੀਆਂ ਹਨ, ਭਰ ਕੇ ਆਉਂਦੀਆਂ ਹਨ ਆਪਣੇ ਸਵਾਸਾਂ ਦੇ ਨਾਲ, ਸਾਸ ਸਾਸ ਸਿਮਰੋ ਗੋਬਿੰਦ, ਸਾਹ ਖਾਲੀ ਵੀ ਜਾਣ ਤੇ ਭਰ ਕੇ ਆਉਣ, ਵਾਹਿਗੁਰੂ 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 ਜਪਦੀਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ।
ਜਿਨ੍ਹਾਂ ਦੇ ਅੰਦਰ ਮਹਾਰਾਜ ਕਹਿੰਦੇ ਹਨ, ਸਤਿਗੁਰੂ ਜੀ ਫਰਮਾਉਂਦੇ ਹਨ, ਅੰਤਰ ਲੋਭ ਮਨ ਵਿਖਿਆ ਮਾਹੇ। ਅੰਦਰ ਲੋਭ ਹੀ ਲੋਭ ਲੱਗਾ ਹੋਵੇ, ਕਿਉਂਕਿ ਲੋਭ ਕੁੱਤਾ ਹੈ, ਲਭ ਕੁੱਤਾ। ਝੂਠ ਮਾਰਨਾ ਚੂੜਾ ਹੈ, ਕੂੜ ਚੂਹੜਾ, ਤੇ ਠੱਗ ਕੇ ਖਾਣਾ ਉਹ ਮੁਰਦਾ ਖਾਣਾ ਹੈ। ਠੱਗ ਖਾਦਾ ਮੁਰਦਾਰ, ਝੂਠ ਬੋਲਣਾ ਵੀ ਮੁਰਦਾ ਖਾਣਾ ਹੈ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਅੰਤਰ ਲੋਭ ਮਨ ਵਿਖਿਆ ਮਾਹੇ, ਮਨ ਵਿਖਿਆ ਪੋਇਜ਼ਨ, ਮੰਦੀਆਂ ਸ਼ਿਆਂ ਦੇ ਵਿੱਚ ਘੁੰਮਦਾ ਫਿਰੇ, ਮਾੜੇ ਪਾਸੇ ਘੁੰਮਦਾ ਫਿਰੇ, ਮਾੜੇ ਪਾਸੇ ਲੱਗਾ ਹੋਵੇ, ਜ਼ਹਿਰ ਰੂਪੀ ਕਰਮ ਕਰਦਾ ਫਿਰੇ। ਅੰਤਰ ਲੋਭ, ਮਨ ਵਿੱਚ ਲੋਭ ਹੋਵੇ, ਲਾਲਚ ਹੋਵੇ, ਲੋਭ ਬਹੁਤ ਬੁਰਾ ਹੈ। ਜਿਵੇਂ ਕੋਈ ਤੁਸਾਂ ਦੇਖਿਆ ਹੋਵੇਗਾ, ਪਾਣੀ ਹੁੰਦੇ ਨੇ ਪੁਰਾਣੇ ਖਲੋਤੇ ਪਿੰਡਾਂ ਥਾਵਾਂ ਵਿੱਚ, ਕਈ ਜਗ੍ਹਾ ਤੇ ਪਾਣੀ ਖਲੋਤਾ ਹੁੰਦਾ, ਉੱਤੇ ਬੂਰ ਜੰਮ ਜਾਂਦਾ, ਉਹ ਪਾਣੀ ਪੀਣ ਵਾਲਾ ਨਹੀਂ ਹੁੰਦਾ, ਕੋਈ ਪੀਂਦਾ ਨਹੀਂ, ਉੱਤੇ ਬੂਰ ਜੰਮ ਜਾਂਦਾ ਹਰਾ ਹਰਾ। ਗੁਰਬਾਣੀ ਵਿੱਚ ਸਤਿਗੁਰਾਂ ਨੇ ਫਰਮਾਇਆ ਹੈ, ਲੱਭ ਵਿਨਾਹੇ ਮਾਨਸਾ, ਜਿਹੜੇ ਮਾਨਸ, ਜਿਹੜੇ ਬੰਦੇ, ਜਿਹੜੇ ਸਰੀਰ, ਜਿਹੜੇ ਮਨ ਬੂਰ ਨਾਲ ਟਕੇ ਹੋਏ ਹਨ, ਲੋਭ ਦੇ ਬੂਰ ਨਾਲ, ਲੱਭ ਵਿਨਾਹੇ ਮਾਨਸਾ, ਉਹ ਮਾਨਸ, ਕਿਉਂਕਿ ਹੈਗੇ ਤੇ ਅਸੀਂ ਮਾਨਸ ਹੀ, ਬੰਦਾ ਕਹਿ ਲਈਏ, ਮਨੁੱਖ ਕਹਿ ਲਈਏ, ਇਨਸਾਨ ਕਹਿ ਲਈਏ, ਆਦਮੀ ਕਹਿ ਲਈਏ। ਗੁਰਬਾਣੀ ਮਹਾਰਾਜ ਜੀ ਦੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਾਨਸ ਕਹਿ ਰਹੀ ਹੈ। ਮਾਨਸ ਜਨਮ ਦੁਲੰਬ ਹੈ, ਹੋਤ ਨ ਬਾਰੰਬਾਰ, ਜੋ ਬਨ ਫਲ ਪਾ ਕੇ ਹੋਏ ਗਿਰਹੇ, ਬਹੁਰ ਨਾ ਲੱਗ ਹੈ ਡਾਰ। ਮਾਨਸ ਜਨਮ, ਆ ਜਿਹੜਾ ਸਾਡਾ ਜਨਮ ਹੈ, ਇਤਨਾ ਸੋਹਣਾ ਚੋਲਾ ਹੈ ਜਿਹੜਾ, ਇਹ ਮਾਨਸ ਜਨਮ ਹੈ। ਤੇ ਜਿਨ੍ਹਾਂ ਮਾਨਸਾਂ ਦੇ ਵਿੱਚ ਲੋਭ ਪੈ ਜਾਂਦਾ ਹੈ, ਲੱਭ ਵਿਨਾਹੇ ਮਾਨਸਾ, ਜਿਉਂ ਪਾਣੀ ਬੋਰ, ਜਿਵੇਂ ਉਹ ਪਾਣੀ ਕੋਈ ਨਹੀਂ ਪੀਂਦਾ, ਉਹ ਲੋਭੀ ਬੰਦੇ ਦੇ ਨੇੜੇ ਵੀ ਕੋਈ ਨਹੀਂ ਲੱਗਦਾ, ਜ਼ਿੰਦਗੀ ਉਸ ਪਾਣੀ ਵਾਂਗੂ ਖਰਾਬ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਹਨ, ਲੋਭ ਨਾ ਕਰੋ, ਲੱਭ ਲੋਭ ਜੇ ਕੂੜ ਕਮਾਵੇ, ਆਪਣਾ ਕੀਤਾ ਆਪੇ ਪਾਵੇ, ਉਹਦੀ ਜਗ੍ਹਾ ਕੋਈ ਨਹੀਂ ਭੁਗਤਦਾ, ਉਹਨੂੰ ਆਪ ਹੀ ਭੁਗਤਣਾ ਪੈਂਦਾ ਹੈ, ਆਪੇ ਬੀਜ ਆਪੇ ਹੀ ਖਾਓ। ਅੰਤਰ ਲੋਭ ਮਨ ਵਿਖਿਆ ਮਾਹੇ, ਹੁਕਮ ਕਰਦੇ ਹਨ, ਜਿਨ੍ਹਾਂ ਦੇ ਮਨ ਇਸ ਤਰ੍ਹਾਂ ਦੇ ਹਨ, ਪਿਆਰਿਓ, ਓਏ ਨਿਰੰਜਨ ਕੈਸੇ ਪਾਹੇ, ਓਏ ਨਿਰੰਜਨ ਕੈਸੇ ਪਾਹੇ, ਉਹ ਕਿਵੇਂ ਨਿਰੰਜਨ ਨੂੰ, ਅਕਾਲ ਪੁਰਖ ਜੀ ਨੂੰ, ਜੋ ਕਾਲਕ ਤੋਂ ਰਹਿਤ ਹਨ, ਨਿਰੰਜਨ ਹਨ, ਅੰਜਨ ਸੁਰਮੇ ਨੂੰ ਕਹਿੰਦੇ ਨੇ, ਨਿਰੰਜਨ ਹਨ, ਦੁਨੀਆ ਕਾਲਕ ਨਾਲ ਭਰੀ ਪਈ ਹੈ, ਮਨ ਰੂਪੀ ਅੱਖਾਂ ਲਿਬੜੀਆਂ ਪਈਆਂ ਹਨ ਕਾਲਕ ਨਾਲ। ਅੰਤਰ ਲੋਭ ਮਨ ਵਿਖਿਆ ਮਾਹੇ, ਓਏ ਨਿਰੰਜਨ ਕੈਸੇ ਪਾਹੇ, ਉਹ ਕਿਵੇਂ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਸਕਦੇ ਹਨ। ਜੇ ਸਾਧ ਸੰਗਤ ਵਿੱਚ ਉਹ ਮਨ ਜਾਣ, ਨਾਨਕ ਮਿਲੀਏ ਸਤਿਗੁਰ ਸੰਗ, ਸਤਿਗੁਰੂ ਜੀ ਦੀ ਸੰਗਤ ਕਰਨ, ਤਾਂ ਭਵ ਜਲ ਕੇ ਟੂਟ ਸੰਬੰਧ। ਸਮਾਂ ਹੋ ਗਿਆ ਹੈ ਗੁਰੂ ਪਿਆਰਿਓ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਵਿੱਤਰ ਗੁਰਬਾਣੀ ਦੀ ਕਥਾ ਕਰਦੇ ਹਾਂ, ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ, ਤੁਕ ਲਾ ਕਰਨਾ ਅੱਖਰ ਅੱਗੇ ਪਿੱਛੇ ਪੜਿਆ ਗਿਆ ਹੈ, ਦਾਸ ਦਿਲਬਾਗ ਸਿੰਘ ਨੂੰ
ਸਤਿਗੁਰ ਜੀ ਖਿਮਾ ਕਰ ਦਿਓ, ਸਤਿਗੁਰ ਜੀ ਬਖਸ਼ ਦਿਓ, ਸਤਿਗੁਰ ਜੀ ਅੱਗੇ ਤੋਂ ਸ਼ੁਭ ਸਮਤੀ ਬਖਸ਼ਿਸ਼ ਕਰੋ, ਬਲ ਬੁੱਧ ਸਮਰੱਥਾ ਦਰੋਂ ਕਰੋ ਬਖਸ਼ਿਸ਼ ਕਰੋ। ਸਤਿਗੁਰ ਜੀ ਸਾਧ ਸੰਗਤ ਨੂੰ ਪਵਿੱਤਰ ਪਾਵਨ ਗੁਰਬਾਣੀ ਪੜ੍ਹ ਕੇ ਸੁਣਾਉਣ ਦਾ ਬਲ ਦਰੋਂ ਕਰੋ, ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰੋ ਜੀ, ਭੁੱਲਾਂ ਖਿਮਾ ਕਰ ਦਿਓ। ਜਿਨ੍ਹਾਂ ਸੰਗਤਾਂ ਨੇ ਪਵਿੱਤਰ ਗੁਰਬਾਣੀ ਸਰਵਣ ਕੀਤੀ ਹੈ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਸਾਧ ਸੰਗਤ ਵੀ ਗੁਰੂ ਰੂਪ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਇੱਕ ਅੱਖਰ ਵੀ ਬਹੁਤ ਸਾਰਾ ਦੁੱਧ ਜਮਾਉਣ ਵਾਸਤੇ ਕੋਈ ਕਿਲੋ ਦੋ ਕਿਲੋ ਚਾਰ ਕਿਲੋ ਜਾਗ ਨਹੀਂ ਚਾਹੀਦੀ, ਥੋੜੀ ਜਿਹੀ ਜਾਗ ਨਾਲ ਕਿਤਨਾ ਦੁੱਧ ਜੰਮ ਜਾਂਦਾ ਹੈ, ਕੋਈ ਇੱਕ ਅੱਖਰ ਦੀ ਜਾਗ ਵੀ ਲੱਗ ਜਾਵੇ ਜੀਵਨ ਸੁਧਰ ਜਾਵੇਗਾ। ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨਿਹਾਲ ਹੋ ਜਾਂਦੇ ਹਨ। ਇਹ ਸਾਰੀ ਸੇਵਾ ਯੂਟਿਊਬ ਨੇ ਕੀਤੀ ਹੈ। ਅਰਦਾਸ ਹੈ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ, ਸਤਿਗੁਰ ਜੀ ਯੂਟਿਊਬ ਦੇ ਸੇਵਾਦਾਰ ਬੜੀ ਸੇਵਾ ਕਰ ਰਹੇ ਹਨ, ਆਹ ਜਿਹੜਾ ਪਾਸਾ ਹੈ ਗੁਰਬਾਣੀ ਵਾਲਾ, ਸੰਤਾਂ ਮਹਾਂਪੁਰਖਾਂ ਦੇ ਬਚਨਾਂ ਵਾਲਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਪਾਠ ਵਾਲਾ, ਕਥਾ ਵਾਲਾ, ਸਤਿਗੁਰ ਜੀ ਇਹਦਾ ਫਲ ਯੂਟਿਊਬ ਵਾਲੇ ਗੁਰਮੁਖ ਪਿਆਰਿਆਂ ਨੂੰ, ਸੇਵਾਦਾਰਾਂ ਨੂੰ, ਵਰਕਰਾਂ ਨੂੰ, ਜਿਨ੍ਹਾਂ ਨੇ ਵੀ ਯੂਟਿਊਬ ਬਣਾਈ ਹੈ, ਆਹ ਜਿਹੜੀ ਸਾਈਟ ਹੈ, ਇਹਦਾ ਫਲ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦੇ ਦੇਣ ਦੀ ਕਿਰਪਾਲਤਾ ਕਰਨੀ। ਆਪ ਕਿਸੇ ਦੀ ਇੱਕ ਤਿਲ ਜਿੰਨੀ ਵੀ ਘਾਲ ਨਹੀਂ ਰੱਖਦੇ, ਇੱਕ ਤਿਲ ਨਹੀਂ ਭੰਨੇ ਘਾਲੇ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਦਇਆ ਕਰਨੀ, ਯੂਟਿਊਬ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ, ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ, ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਇਹ ਪਵਿੱਤਰ ਪਾਵਨ ਗੁਰਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਕਥਾ ਦਾਸ ਦਿਲਬਾਗ ਸਿੰਘ ਪਾਸੋਂ ਇੱਕ ਨੇ, ਬਹੁਤ ਭੁੱਲਾਂ ਹੋ ਗਈਆਂ ਹਨ, ਆਪ ਖਿਮਾ ਕਰ ਦੇਣਾ। ਅਰਦਾਸ ਕਰਨੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ, ਸਤਿਗੁਰੂ ਜੀ ਅੱਗੇ ਤੋਂ ਸੋਝੀ ਸਮੱਤੀ ਬਖਸ਼ਿਸ਼ ਕਰਨ, ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ ਦੀ ਕਿਰਪਾਲਤਾ ਕਰਨ। ਯੂਕੇ ਦੀ ਧਰਤੀ ਵਾਸਤੇ ਵੀ ਅਰਦਾਸ ਬੇਨਤੀ ਹੈ, ਵਾਹਿਗੁਰੂ ਜੀ ਜਿੰਨੇ ਵੀ ਜੀ ਯੂਕੇ ਦੀ ਧਰਤੀ ਤੇ ਵਸਦੇ ਹਨ, ਸੱਚੇ ਪਾਤਸ਼ਾਹ ਜੀ ਇਸ ਧਰਤੀ ਤੋਂ ਪਵਿੱਤਰ ਪਾਵਨ ਗੁਰਬਾਣੀ ਦੇ ਪਾਠ ਹੋ ਰਹੇ ਹਨ, ਕਥਾਵਾਂ ਹੋ ਰਹੀਆਂ ਹਨ, ਸਿਮਰਨ ਹੋ ਰਹੇ ਹਨ, ਰਹਿਣ ਸਭਾਈਆਂ ਹੋ ਰਹੀਆਂ ਹਨ, ਵਾਹਿਗੁਰੂ ਜੀ ਤੁਸਾਂ ਦਾ ਨਾਮ ਜਪਿਆ ਜਾ ਰਿਹਾ ਹੈ, ਇਸ ਧਰਤੀ ਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖਣਾ, ਉਂਜ ਸਭਨਾ ਥਾਵਾਂ ਤੇ ਬਾਬਾ ਜੀ ਤੁਸੀਂ ਤਾਂ ਸਭ ਦਾ ਭਲਾ ਮੰਗਦੇ ਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਤਿਹ ਬੁਲਾਓ, ਯੂਟਿਊਬ ਤੇ ਚਲੇ ਜਾਇਆ ਕਰੋ, ਲਿਖ ਦਿਆ ਕਰੋ ਗੁਰਬਾਣੀ ਵਿਚਾਰ ਲੀਡਸ ਯੂਕੇ, ਆਨੰਦ ਮਾਣਿਆ ਕਰੋ ਪਿਆਰਿਓ। ਬਿਨਾਂ ਗੁਰਬਾਣੀ ਤੋਂ ਇਸ ਵੇਲੇ ਇਸ ਮਨ ਦਾ ਕੋਈ ਆਸਰਾ ਨਹੀਂ, ਕੋਈ ਆਸਰਾ ਨਹੀਂ, ਕੋਈ ਆਸਰਾ ਨਹੀਂ, ਗੁਰਬਾਣੀ ਦਾ ਅੰਚਲ ਪਕੜ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।